ਗੱਤਕਾ ਖੇਡਦੇ ਸਮੇਂ ਇੱਕ ਭਿਆਨਕ ਹਾਦਸਾ ਵਾਪਰਿਆ। ਕਿਹਾ ਜਾ ਰਿਹਾ ਕਿ ਜਿਸ ਸਮੇਂ ਇੱਕ ਸਿੰਘ ਦੇ ਵੱਲੋਂ ਅੱਗ ਦੇ ਨਾਲ ਕਰਤੱਵ ਦਿਖਾਏ ਜਾ ਰਹੇ ਸੀ, ਤਾਂ ਉਸ ਸਮੇਂ ਜੋ ਗੋਲ ਚੱਕਰ ਸੀ ਉਸਨੂੰ ਆਲੇ ਦੁਆਲੇ ਤੋਂ ਅੱਗ ਲਗਾਈ ਜਾ ਰਹੀ ਸੀ, ਅਤੇ ਜਿਸ ਸਿੰਘ ਦੇ ਵੱਲੋਂ ਇਹ ਅੱਗ ਲਗਾਈ ਜਾ ਰਹੀ ਸੀ ਤਾਂ ਅਚਾਨਕ ਹੀ ਅੱਗ ਉਸਦੇ ਕੱਪੜਿਆਂ ਨੂੰ ਫੜ ਲੈਂਦੀ ਹੈ, ਜਿਸ ਦੇ ਵਿੱਚ ਮੌਕੇ 'ਤੇ ਹੀ ਭਗਦੜ ਮੱਚ ਜਾਂਦੀ ਹੈ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਕਿਸੇ ਦੇ ਵੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਕਿਤੇ ਨਾ ਕਿਤੇ ਇੱਕ ਵਾਰੀ ਜ਼ਰੂਰ ਸਹਿਮ ਦਾ ਮਾਹੌਲ ਜੋ ਹੈ ਉਹ ਮੌਕੇ ਦੇ ਉੱਤੇ ਜ਼ਰੂਰ ਬਣਦਾ ਦਿਖਾਈ ਦਿੰਦਾ ਹੈ। ਤਾਂ ਦੱਸ ਦਈਏ ਕਿ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਮੌਕੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਆਪਣੇ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਸੀ। ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਜਦੋਂ ਇੱਕ ਗੋਲ ਚੱਕਰ ਦੇ ਆਲੇ ਦੁਆਲੇ ਅੱਗ ਲਗਾਈ ਜਾ ਰਹੀ ਸੀ ਤਾਂ ਇੱਕ ਨਿਹੰਗ ਸਿੰਘ ਦੇ ਵੱਲੋਂ ਇਸ ਗੋਲ ਚੱਕਰ ਦੇ ਵਿੱਚ ਅੱਗ ਦੇ ਨਾਲ ਕਰਤੱਵ ਦਿਖਾਏ ਜਾਣੇ ਸੀ। ਜਿਸ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਜਦੋਂ ਇੱਕ ਸਿੰਘ ਦੇ ਵੱਲੋਂ ਇਸ ਚੱਕਰ ਨੂੰ ਅੱਗ ਲਗਾਈ ਗਈ ਤਾਂ ਉਸ ਸਮੇਂ ਅਚਾਨਕ ਹੀ ਅੱਗ ਉਸਦੇ ਕੱਪੜਿਆਂ ਨੂੰ ਫੜ ਲੈਂਦੀ ਹੈ, ਹਾਲਾਂਕਿ ਜਿਸ ਤੋਂ ਬਾਅਦ ਮੌਕੇ 'ਤੇ ਹੀ ਭਗਦੜ ਮੱਚ ਜਾਂਦੀ ਹੈ, ਪਰ ਗਨੀਮਤ ਰਹਿੰਦੀ ਹੈ ਕਿ ਕਿਸੇ ਦੇ ਵੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਉਂਦੀ ਹੈ। ਗੱਤਕਾ ਖੇਡਦੇ ਸਮੇਂ ਇੱਕ ਭਿਆਨਕ ਹਾਦਸਾ ਵਾਪਰਿਆ। ਕਿਹਾ ਜਾ ਰਿਹਾ ਕਿ ਜਿਸ ਸਮੇਂ ਇੱਕ ਸਿੰਘ ਦੇ ਵੱਲੋਂ ਅੱਗ ਦੇ ਨਾਲ ਕਰਤੱਵ ਦਿਖਾਏ ਜਾ ਰਹੇ ਸੀ ਤਾਂ ਉਸ ਸਮੇਂ ਜੋ ਗੋਲ ਚੱਕਰ ਸੀ ਉਸਨੂੰ ਆਲੇ ਦੁਆਲੇ ਤੋਂ ਅੱਗ ਲਗਾਈ ਜਾ ਰਹੀ ਸੀ, ਅਤੇ ਜਿਸ ਸਿੰਘ ਦੇ ਵੱਲੋਂ ਇਹ ਅੱਗ ਲਗਾਈ ਜਾ ਰਹੀ ਸੀ ਤਾਂ ਅਚਾਨਕ ਹੀ ਅੱਗ ਉਸਦੇ ਕੱਪੜਿਆਂ ਨੂੰ ਫੜ ਲੈਂਦੀ ਹੈ, ਜਿਸ ਦੇ ਵਿੱਚ ਮੌਕੇ 'ਤੇ ਹੀ ਭਗਦੜ ਮੱਚ ਜਾਂਦੀ ਹੈ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਕਿਸੇ ਦੇ ਵੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਕਿਤੇ ਨਾ ਕਿਤੇ ਇੱਕ ਵਾਰੀ ਜ਼ਰੂਰ ਸਹਿਮ ਦਾ ਮਾਹੌਲ ਜੋ ਹੈ ਉਹ ਮੌਕੇ ਦੇ ਉੱਤੇ ਜ਼ਰੂਰ ਬਣਦਾ ਦਿਖਾਈ ਦਿੰਦਾ ਹੈ। ਤਾਂ ਦੱਸ ਦਈਏ ਕਿ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਮੌਕੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਆਪਣੇ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਸੀ। ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਜਦੋਂ ਇੱਕ ਗੋਲ ਚੱਕਰ ਦੇ ਆਲੇ ਦੁਆਲੇ ਅੱਗ ਲਗਾਈ ਜਾ ਰਹੀ ਸੀ ਤਾਂ ਇੱਕ ਨਿਹੰਗ ਸਿੰਘ ਦੇ ਵੱਲੋਂ ਇਸ ਗੋਲ ਚੱਕਰ ਦੇ ਵਿੱਚ ਅੱਗ ਦੇ ਨਾਲ ਕਰਤੱਵ ਦਿਖਾਏ ਜਾਣੇ ਸੀ, ਜਿਸ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਜਦੋਂ ਇੱਕ ਸਿੰਘ ਦੇ ਵੱਲੋਂ ਇਸ ਚੱਕਰ ਨੂੰ ਅੱਗ ਲਗਾਈ ਗਈ ਤਾਂ ਉਸ ਸਮੇਂ ਅਚਾਨਕ ਹੀ ਅੱਗ ਉਸਦੇ ਕੱਪੜਿਆਂ ਨੂੰ ਫੜ ਲੈਂਦੀ ਹੈ, ਹਾਲਾਂਕਿ ਜਿਸ ਤੋਂ ਬਾਅਦ ਮੌਕੇ 'ਤੇ ਹੀ ਭਗਦੜ ਮੱਚ ਜਾਂਦੀ ਹੈ, ਪਰ ਗਨੀਮਤ ਰਹਿੰਦੀ ਹੈ ਕਿ ਕਿਸੇ ਦੇ ਵੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਉਂਦੀ ਹੈ। ਗੱਤਕਾ ਖੇਡਦੇ ਸਮੇਂ ਇੱਕ ਭਿਆਨਕ ਹਾਦਸਾ ਵਾਪਰਿਆ। ਕਿਹਾ ਜਾ ਰਿਹਾ ਕਿ ਜਿਸ ਸਮੇਂ ਇੱਕ ਸਿੰਘ ਦੇ ਵੱਲੋਂ ਅੱਗ ਦੇ ਨਾਲ ਕਰਤੱਵ ਦਿਖਾਏ ਜਾ ਰਹੇ ਸੀ ਤਾਂ ਉਸ ਸਮੇਂ ਜੋ ਗੋਲ ਚੱਕਰ ਸੀ ਉਸਨੂੰ ਆਲੇ ਦੁਆਲੇ ਤੋਂ ਅੱਗ ਲਗਾਈ ਜਾ ਰਹੀ ਸੀ, ਅਤੇ ਜਿਸ ਸਿੰਘ ਦੇ ਵੱਲੋਂ ਇਹ ਅੱਗ ਲਗਾਈ ਜਾ ਰਹੀ ਸੀ ਤਾਂ ਅਚਾਨਕ ਹੀ ਅੱਗ ਉਸਦੇ ਕੱਪੜਿਆਂ ਨੂੰ ਫੜ ਲੈਂਦੀ ਹੈ, ਜਿਸ ਦੇ ਵਿੱਚ ਮੌਕੇ 'ਤੇ ਹੀ ਭਗਦੜ ਮੱਚ ਜਾਂਦੀ ਹੈ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਕਿਸੇ ਦੇ ਵੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ, ਪਰ ਕਿਤੇ ਨਾ ਕਿਤੇ ਇੱਕ ਵਾਰੀ ਜ਼ਰੂਰ ਸਹਿਮ ਦਾ ਮਾਹੌਲ ਜੋ ਹੈ ਉਹ ਮੌਕੇ ਦੇ ਉੱਤੇ ਜ਼ਰੂਰ ਬਣਦਾ ਦਿਖਾਈ ਦਿੰਦਾ ਹੈ। ਤਾਂ ਦੱਸ ਦਈਏ ਕਿ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਮੌਕੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਆਪਣੇ ਗੱਤਕੇ ਦੇ ਜੋਹਰ ਦਿਖਾਏ ਜਾ ਰਹੇ ਸੀ। ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਜਦੋਂ ਇੱਕ ਗੋਲ ਚੱਕਰ ਦੇ ਆਲੇ ਦੁਆਲੇ ਅੱਗ ਲਗਾਈ ਜਾ ਰਹੀ ਸੀ ਤਾਂ ਇੱਕ ਨਿਹੰਗ ਸਿੰਘ ਦੇ ਵੱਲੋਂ ਇਸ ਗੋਲ ਚੱਕਰ ਦੇ ਵਿੱਚ ਅੱਗ ਦੇ ਨਾਲ ਕਰਤੱਵ ਦਿਖਾਏ ਜਾਣੇ ਸੀ, ਜਿਸ ਦੇ ਨਾਲ ਹੀ ਕਿਹਾ ਜਾ ਰਿਹਾ ਕਿ ਜਦੋਂ ਇੱਕ ਸਿੰਘ ਦੇ ਵੱਲੋਂ ਇਸ ਚੱਕਰ ਨੂੰ ਅੱਗ ਲਗਾਈ ਗਈ ਤਾਂ ਉਸ ਸਮੇਂ ਅਚਾਨਕ ਹੀ ਅੱਗ ਉਸਦੇ ਕੱਪੜਿਆਂ ਨੂੰ ਫੜ ਲੈਂਦੀ ਹੈ, ਹਾਲਾਂਕਿ ਜਿਸ ਤੋਂ ਬਾਅਦ ਮੌਕੇ 'ਤੇ ਹੀ ਭਗਦੜ ਮੱਚ ਜਾਂਦੀ ਹੈ, ਪਰ ਗਨੀਮਤ ਰਹਿੰਦੀ ਹੈ ਕਿ ਕਿਸੇ ਦੇ ਵੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਉਂਦੀ ਹੈ।